ਅਸੀਂ ਜਦੋਂ ਵੀ ਰੈਸਟੋਰੈਂਟ ਦੇ ਵਿੱਚ ਜਾਂਦੇ ਹਾਂ ਤੇ ਸਾਡੇ ਦਿਮਾਗ ਦੇ ਵਿੱਚ ਸਿਰਫ ਇੱਕੋ ਚੀਜ਼ ਹੁੰਦੀ ਹੈ, ਮਨਚੂਰੀਅਨ ਆਰਡਰ ਕਰਦੇ ਹਾਂ। ਸੋ ਅੱਜ ਅਸੀਂ ਬਣਾ ਰਹੇ ਹਾਂ ਚਿਲੀ ਮਸ਼ਰੂਮ ਮਨਚੂਰੀਅਨ। ਸੋ ਬਹੁਤ ਹੀ ਜ਼ਿਆਦਾ ਟੇਸਟੀ ਬਣਾ। ਸਭ ਤੋਂ ਪਹਿਲਾਂ ਅਸੀਂ ਮਸ਼ਰੂਮ ਨੂੰ ਚੰਗੇ ਤਰੀਕੇ ਨਾਲ 2 ਜਾਂ 3 ਪਾਣੀਆਂ ਦੇ ਨਾਲ ਬਹੁਤ ਹੀ ਵਧੀਆ ਵਾਸ਼ ਕਰ ਲੈਣਾ ਹੈ। ਉਸ ਤੋਂ ਬਾਅਦ ਇਸ ਨੂੰ 2 ਫਾੜੀਆਂ ਦੇ ਵਿੱਚ ਕੱਟ ਕਰ ਲੈਣਾ ਹੈ, ਬਿਲਕੁਲ ਇਸ ਤਰੀਕੇ ਨਾਲ। ਹੁਣ ਅਸੀਂ ਮਸ਼ਰੂਮ ਜਿਹੜੇ ਬਹੁਤ ਹੀ ਵਧੀਆ ਕੱਟ ਕਰ ਲਏ ਹੋਏ ਨੇ, ਅਤੇ ਹੁਣ ਇਸ ਦੇ ਵਿੱਚ ਅਸੀਂ ਐਡ ਕਰਾਂਗੇ 2 ਚਮਚੇ ਮੈਦੇ ਦੇ ਅਤੇ 2 ਚਮਚੇ ਹੀ ਕੋਰਨਸਟਾਰਚ ਦੇ ਐਡ ਕਰਾਂਗੇ। ਦੋਨੋਂ ਚੀਜ਼ਾਂ ਹੀ ਤੁਸੀਂ ਇਕੁਅਲ 'ਚ ਲੈਣੀਆਂ ਨੇ, ਜਿੰਨਾ ਮੈਦਾ ਲਿਆ ਉਨਾ ਹੀ ਤੁਸੀਂ ਕੋਰਨਸਟਾਰਚ ਲੈਣਾ ਹੈ। ਹੁਣ ਅਸੀਂ ਇਸ ਦੇ ਵਿੱਚ ਕੁਛ ਮਸਾਲੇ ਐਡ ਕਰਾਂਗੇ। ਨਮਕ ਤੁਸੀਂ ਆਪਣੇ ਸਵਾਦ ਦੇ ਅਕੋਰਡਿੰਗ ਐਡ ਕਰ ਸਕਦੇ ਹੋ। ਅਤੇ ਹੁਣ ਇਸ ਦੇ ਨਾਲ ਹੀ ਮੈਂ ਐਡ ਕਰਾਂਗੀ 1/2 ਚਮਚ ਲਾਲ ਮਿਰਚ ਪਾਊਡਰ, 1 ਛੋਟਾ ਚਮਚ ਕਾਲੀ ਮਿਰਚ ਪਾਊਡਰ। ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਮਸ਼ਰੂਮ ਨੂੰ ਅਸੀਂ ਕੋਟ ਕਰ ਲੈਣਾ ਹੈ, ਇਸ ਤਰੀਕੇ ਨਾਲ ਮਿਕਸ ਕਰ ਲੈਣਾ ਹੈ। ਉਸ ਤੋਂ ਬਾਅਦ ਤੇਲ ਜਿਵੇਂ ਹੀ ਮੀਡੀਅਮ ਜਿਹਾ ਗਰਮ ਹੋ ਜਾਵੇ ਇਸ ਦੇ ਵਿੱਚ ਅਸੀਂ ਫਰਾਈ ਕਰ ਲੈਣਾ ਹੈ। ਕੋਰਨਸਟਾਰਚ ਦੇ ਵਿੱਚ ਤੁਸੀਂ ਐਡ ਵੀ ਕਰ ਸਕਦੇ ਹੋ ਚਾਵਲ ਦਾ ਆਟਾ, ਇਸ ਨਾਲ ਵੀ ਕ੍ਰਿਸਪੀ ਬਣ ਕੇ ਜਿਹੜੇ ਮਸ਼ਰੂਮ ਉਹ ਰੈਡੀ ਹੁੰਦੇ ਆ। ਮਸ਼ਰੂਮ ਨੂੰ ਅਸੀਂ ਕ੍ਰਿਸਪੀ ਹੋਣ ਤੱਕ ਫਰਾਈ ਕਰ ਲੈਣਾ ਹੈ। ਉਸ ਤੋਂ ਬਾਅਦ ਇਸ ਪਲੇਟ ਦੇ ਵਿੱਚ ਇਸਨੂੰ ਕੱਟ ਲਵਾਂਗੇ। ਅਤੇ ਹੁਣ ਅਸੀਂ ਗ੍ਰੇਵੀ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਪੈਨ ਦੇ ਵਿੱਚ 1 ਚਮਚ ਸਰਸੋਂ ਦਾ ਤੇਲ ਲਵਾਂਗੇ। ਇਸ ਦੇ ਵਿੱਚ ਬਰੀਕ ਕੱਟਿਆ ਹੋਇਆ ਲਸਣ ਅਤੇ 1 ਹਰੀ ਮਿਰਚ ਪਾ ਕੇ ਬਹੁਤ ਹੀ ਵਧੀਆ ਭੁੰਨ ਲਵਾਂਗੇ। ਇਸ ਨੂੰ ਹਾਈ ਫਲੇਮ ਉੱਤੇ ਭੁੰਨੋਗੇ ਤਾਂ ਬਹੁਤ ਹੀ ਵਧੀਆ ਟੇਸਟ ਆਵੇਗਾ। ਹੁਣ ਇਸ ਦੇ ਵਿੱਚ 3 ਪ੍ਰਕਾਰ ਦੀਆਂ ਲਾਲ, ਪੀਲੀ ਅਤੇ ਹਰੀ ਸ਼ਿਮਲਾ ਮਿਰਚ ਪਾ ਦੇਵਾਂਗੇ। ਇਸ ਦੇ ਨਾਲ ਹੀ ਅਨੀਅਨ ਪਾ ਦੇਵਾਂਗੇ। ਇਹਨਾਂ ਨੂੰ ਮੈਂ ਕਿਊਬ ਸਾਈਜ਼ ਦੇ ਵਿੱਚ ਕੱਟ ਕੀਤਾ ਹੈ ਅਤੇ ਸੋਫਟ ਹੋਣ ਤੱਕ ਫਰਾਈ ਕਰ ਲੈਣਾ ਹੈ। ਅਤੇ ਹੁਣ ਇਸ ਦੇ ਵਿੱਚ ਐਡ ਕਰਾਂਗੇ ਅਸੀਂ 1 ਚਮਚ ਗ੍ਰੀਨ ਚਿਲੀ ਸੌਸ, 1 ਚਮਚ ਤੰਦੂਰੀ ਸੌਸ, 1 ਚਮਚ ਮੈਂ ਐਡ ਕਰ ਰਹੀ ਹਾਂ ਰੈੱਡ ਚਿਲੀ ਸੌਸ, 1.5 ਚਮਚ ਮੈਂ ਐਡ ਕੀਤਾ ਹੈ ਟਮੈਟੋ ਕੈਚਅਪ, ਐਂਡ 1/2 ਚਮਚ ਮੈਂ ਐਡ ਕੀਤਾ ਇਸ ਦੇ ਵਿੱਚ ਵਿਨੇਗਰ, ਅਤੇ 1 ਵੱਡਾ ਚਮਚ ਇਸ ਦੇ ਵਿੱਚ ਐਡ ਕਰਾਂਗੇ ਸੋਇਆ ਸੌਸ। ਸੌਸ ਇਸ ਨੂੰ ਮਿਕਸ ਕਰ ਲਵਾਂਗੇ ਐਂਡ ਇਸ ਦੇ ਨਾਲ ਹੀ 1 ਛੋਟਾ ਚਮਚ ਰੈੱਡ ਚਿਲੀ ਪਾਊਡਰ ਐਡ ਕਰ ਦੇਵਾਂਗੇ ਅਤੇ ਮਿਕਸ ਕਰ ਲਵਾਂਗੇ। ਹੁਣ ਇਸ ਦੇ ਵਿੱਚ ਮੈਂ 1 ਟੇਬਲ ਸਪੂਨ ਕੋਰਨਸਟਾਰਚ ਲਿਆ ਹੈ ਅਤੇ ਇਸ ਦੇ ਵਿੱਚ ਥੋੜ੍ਹਾ ਜਿਹਾ ਪਾਣੀ ਐਡ ਕਰਕੇ ਮਿਕਸ ਕਰ ਲਵਾਂਗੇ। ਕੋਰਨਸਟਾਰਚ ਦਾ ਅਸੀਂ ਜੋ ਬੈਟਰ ਰੈਡੀ ਕੀਤਾ ਸੀ ਉਹ ਅਸੀਂ ਐਡ ਕਰ ਦੇਵਾਂਗੇ। ਜਿੰਨੀ ਕੁ ਤੁਹਾਨੂੰ ਨੀਡ ਹੈ ਗ੍ਰੇਵੀ ਦੀ ਥਿਕਨੈਸ ਚਾਹੀਦੀ ਹੈ ਜਾਂ ਪਤਲੀ ਚਾਹੀਦੀ ਹੈ, ਉਸ ਅਨੁਸਾਰ ਤੁਸੀਂ ਬੈਟਰ ਨੂੰ ਐਡ ਕਰ ਸਕਦੇ ਹੋ ਗ੍ਰੇਵੀ ਦੇ ਵਿੱਚ। ਐਡ ਕਰਨ ਤੋਂ ਬਾਅਦ ਬਹੁਤ ਹੀ ਵਧੀਆ ਮਿਕਸ ਕਰ ਲਵਾਂਗੇ। ਹੁਣ ਇਸ ਦੇ ਨਾਲ ਹੀ 1/2 ਕੱਪ ਮੈਂ ਐਡ ਕਰਾਂਗੀ ਪਾਣੀ ਦਾ। ਹੁਣ ਅਸੀਂ ਮਿਕਸ ਕਰ ਲੈਣਾ ਹੈ, ਗ੍ਰੇਵੀ ਨੂੰ ਥਿੱਕ ਹੋਣ ਤੱਕ ਪਕਾ ਲਵਾਂਗੇ। ਹੁਣ ਤੁਸੀਂ ਥੋੜ੍ਹੀ ਹੀ ਦੇਰ ਦੇ ਵਿੱਚ ਦੇਖ ਸਕਦੇ ਹੋ ਗ੍ਰੇਵੀ ਜਿਹੜੀ ਉਹ ਬਹੁਤ ਹੀ ਵਧੀਆ ਥਿੱਕ ਹੋ ਚੁੱਕੀ ਹੈ। ਅਤੇ ਹੁਣ ਅਸੀਂ ਇਸ ਦੇ ਵਿੱਚ ਫਰਾਈ ਕੀਤੇ ਹੋਏ ਮਸ਼ਰੂਮ ਐਡ ਕਰ ਦੇਵਾਂਗੇ। ਮਸ਼ਰੂਮ ਨੂੰ ਵੀ ਅਸੀਂ ਗ੍ਰੇਵੀ ਦੇ ਨਾਲ ਪਕਾ ਲੈਣਾ ਹੈ। ਗੈਸ ਦਾ ਫਲੇਮ ਮੈਂ ਹੁਣ ਔਫ ਕਰ ਦਿੱਤਾ ਹੈ ਅਤੇ ਗ੍ਰੇਵੀ ਮਨਚੂਰੀਅਨ ਬਣ ਕੇ ਬਿਲਕੁਲ ਸਾਡੇ ਰੈਡੀ। ਇਸ ਨੂੰ ਤੁਸੀਂ ਗਰਮਾ ਗਰਮ ਸਰਵ ਕਰੋ ਪਲੇਟ ਦੇ ਵਿੱਚ। ਅਤੇ ਹੁਣ ਮੈਂ ਥੋੜ੍ਹੀ ਜਿਹੀ ਡੈਕੋਰੇਟ ਕਰਾਂਗੀ ਗ੍ਰੀਨ ਅਨੀਅਨਸ ਦੇ ਨਾਲ ਐਂਡ ਅਤੇ ਬਰੀਕ ਸਲਾਈਸ ਹਰੀ ਮਿਰਚ ਦੇ ਨਾਲ। ਰੈਸਿਪੀ ਪਸੰਦ ਆਈ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ।